ਖੜੀ ਦੇਖਾ ਮੈਂ ਡਿਜ਼ਾਈਨ ਜੇ ਪਸੰਦ ਆਉਂਦਾ ਪੁੱਛੋ ਕਿੰਨਾ ਤਿੰਨ ਇੰਤਜ਼ਾਰ ਤੇ ਅੱਜ ਅਸੀਂ ਚੱਲੇ ਹਾਂ ਜੀ ਲੋਹੜੀ ਦੀ ਸ਼ੋਪਿੰਗ ਕਰਨ ਤੇ ਬਸ ਸਾਰੇ ਇਕੱਠੇ ਹੋ ਰਹੇ ਹਾਂ ਹੁਣ ਤੁਹਾਨੂੰ ਦਿਖਾਵਾਂਗੇ ਅੱਗੇ ਹੁਣ ਆਪਾਂ ਚੱਲੀਏ ਸਾਰਿਆਂ ਨੂੰ ਇਕੱਠੇ ਕਰੀਏ ਮੈਨੂੰ ਤਾਂ ਬਹੁਤ ਇੰਤਜ਼ਾਰ ਸੀ ਇਹ ਵਲੋਗ ਦਾ ਕਿਉਂਕਿ ਪਤੰਗ ਤਾਂ ਤੁਹਾਨੂੰ ਪਤਾ ਹੀ ਹੈ ਸਾਡਾ ਪਹਿਲਾ ਪਿਆਰਾ ਪਤੰਗ ਲੈ ਕੇ ਆਈਏ ਤੇ ਤੁਹਾਨੂੰ ਦਿਖਾਈਏ ਫਿਲਹਾਲ ਚੱਲਿਆ ਪੈਦਲ ਹਾਂ ਵੀ ਕਿਵੇਂ ਆ ਵਧੀਆ ਵਧੀਆ ਤੇ ਫਿਲਹਾਲ ਚੱਲੇ ਹਾਂ ਪੈਦਲ ਅਸੀਂ ਤੇ ਭੋਲੂ ਦੀ ਦੁਕਾਨ 'ਤੇ ਉੱਥੋਂ ਭੋਲੂ ਦੀ ਮੇ ਬੀ ਐਕਟਿਵਾ ਜਾਂ ਬਾਈਕ ਚੱਕਣਾ ਫਿਰ ਕਰਨ ਦੇ ਘਰੋਂ ਜਾ ਕੇ ਐਕਟਿਵਾ ਚੱਕ ਕੇ ਫਿਰ ਚੱਲਾਂਗੇ ਇਕੱਠੇ ਹੋ ਜਾਈਏ ਯਾਰ ਦੋਸਤ ਹੋਣੀ ਫਿਰ ਉਸ ਤੋਂ ਬਾਅਦ ਚੱਲਾਂਗੇ ਦ੍ਰਿਸ਼ੀ ਬਹੁਤ ਇੰਤਜ਼ਾਰ ਆ ਸਾਨੂੰ ਤਾਂ ਯਾਰ ਮੈਨੂੰ ਤਾਂ ਬਹੁਤ ਚਾਅ ਹੁੰਦਾ ਲੋਹੜੀ ਦਾ ਅਤੇ ਬਸ ਅੱਜ ਥੋੜ੍ਹੀ ਐਕਸਾਈਟਮੈਂਟ ਜ਼ਿਆਦਾ ਵੀ ਫਾਈਨਲੀ ਸ਼ੋਪਿੰਗ ਕਰਨ ਚੱਲੇ ਹਾਂ ਲੋਹੜੀ ਦੀ ਅਸੀਂ ਤੁਹਾਨੂੰ ਮਿਲਦੇ ਹਾਂ ਅੱਗੇ ਗੈਂਗ ਖੜੀ ਤਿੰਨ ਜਾਣਿਆਂ ਦੀ ਪੱਪੂ ਭਾਅ ਜੀ ਜਸ਼ਨ ਅਤੇ ਬਲੈਕੀ ਬੋਲੋ ਭਾਅ ਜੀ ਬਸ ਠੀਕ ਆ ਪਹੁੰਚ ਗਏ ਟਾਈਮ ਨਾਲ ਆਪਾਂ ਭਾਅ ਬਲੈਕੀ ਕਿਵੇਂ ਭਾਅ ਜੀ ਕੀ ਹਾਲ ਏ ਐਕਟਿਵਾ ਚੱਕੀ ਹੁਣ ਠੰਡੀ ਪਈ ਪੂਰੀ ਕਿੱਕਾ ਮਾਰ ਮਾਰ ਚਾਲੂ ਕੀਤੀ ਜਾ ਚੱਲਿਆ ਆ ਜਾਂਦਾ ਮੈਂ ਹਾਂਜੀ ਜੋੜਾ ਭਾਅ ਜੀ ਅੱਜ ਕੀ ਬਣੇਗੀ ਆਇਆ ਤੁਸੀਂ ਭਰਾਵਾ ਮੈਂ ਸੁੱਤਾ ਨਹੀਂ ਹੈਗਾ ਓਏ ਭਰਾਵਾ ਇਹ ਤਾਂ ਕਿਲੋ ਓਏ ਜਿਹੜੇ ਡਾਕਟਰ ਨਹੀਂ ਹੁੰਦੇ ਜਿਹੜੇ ਪਟਾਕੇ ਕੱਢਦੇ ਆ ਪਿੱਠ ਤੋਂ ਇਹਦੇ ਮੱਥੇ ਦੇ ਪਟਾਕੇ ਨੇ ਗੋਕੇ ਨੂੰ ਧੱਕਾ ਮਾਰ ਗੋਕੇ ਦਵਾਰੇ ਰਾਸ਼ਟਰਪਤੀ ਨਿਕਲ ਚੁੱਕੇ ਆ ਅਸੀਂ ਦ੍ਰਿਸ਼ੀ ਵੱਲ ਨੂੰ ਨਿਕਲ ਚੁੱਕੇ ਆ ਹਾਂਜੀ ਕੱਲ ਫਿਰ ਸਟ੍ਰਾਈਕ ਹੈਗੀ ਹੈ ਸ਼ਾਇਦ ਸਟ੍ਰਾਈਕ ਤਾਂ ਅੱਜ ਵੀ ਸੀਗੀ ਅੱਜ ਪਤਾ ਨਹੀਂ ਹੁਣ ਚੱਲ ਪਹਿਲਾਂ ਪੈਟਰੋਲ ਭਰਾ ਲਈਏ ਸਾਰੀ ਸੰਗਤ ਸਭ ਤੋਂ ਜ਼ਰੂਰੀ ਕੰਮ ਹੈ ਪੈਟਰੋਲ ਭਰਾਉਣਾ ਅੱਜ ਦੇ ਟਾਈਮ 'ਚ ਤਾਂ ਕਿਉਂਕਿ ਪਹਿਲਾਂ ਹੀ ਦੋ ਤਿੰਨ ਦੀ ਸਟ੍ਰਾਈਕ ਹੋ ਗਈ ਹੈ ਕਰੀਏ ਅੱਗੇ ਤਾਂ ਭਰਾਈਏ ਹੁਣ ਇਹਨਾਂ ਨੇ ਪਾ ਲਈ ਆ ਵੀ ਇਹੀ ਵੱਲੋਂ ਅੰਦਰੋਂ ਘੁੰਮ ਘੰਮ ਕੇ ਜਾਵਾਂਗੇ ਗੇੜੀ ਗੁੜੀ ਮਾਰ ਕੇ ਦੇਖੋ ਭਾਜੀ ਡੋਰਾਂ ਫਸਦੀਆਂ ਪਈਆਂ ਗਲਿਆਂ 'ਚ ਚਾਈਨਾ ਤਾਂ ਦੂਰ ਹੀ ਰਹੋ ਭਰਾ ਸਾਰੇ ਆਰਾਮ ਨਾਲ ਹੀ ਚਲਾਓ ਭਰਾਵਾ ਤੁਸੀਂ ਇੰਜਨ 'ਚ ਫਸਾਈ ਫਿਰੋ ਹੁਣ ਐਡਾ ਰਸ਼ ਵੇਖ ਕੇ ਪਤਾ ਲੱਗ ਜੂਗਾ ਲੋਕਾਂ ਨੂੰ ਲੁਧਿਆਣੇ ਵਾਲਿਆਂ ਨੂੰ ਆਪਾਂ ਕਿੱਥੇ ਆ ਗਏ ਆ ਬਾਕੀ ਆਪਾਂ ਆਪਣੀ ਹਬੀਬੀ ਹਬੀਬੀ ਕਮ ਟੂ ਦੁਬਈ ਕਮ ਟੂ ਦਰੇਸੀ ਚਲੋ 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 ਬਹੁਤ ਰਸ਼ ਹੁੰਦਾ ਇੱਥੇ ਦਾ ਸੋ ਫਾਈਨਲੀ ਡੈਸਟੀਨੇਸ਼ਨ ਆ ਗਈ ਹੈ ਜੀ ਸਾਡੀ ਦਰੇਸੀ ਆ ਭਾਜੀ ਪਤੰਗਾਂ ਹੀ ਪਤੰਗਾਂ ਉਹਦੇ ਪਤੰਗਾਂ ਹੀ ਪਤੰਗਾਂ ਮੇਲਾ ਲੁੱਟੋ ਤੈਨੂੰ ਭਰਾਵਾ ਨਾ ਕਰਿਆ ਕਰ ਇੱਦਾਂ ਮੇਲਾ ਲੁੱਟਣਾ ਬਸ ਜਾ ਕੇ ਹੁਣ ਪਹਿਲਾਂ ਆਸੇ ਪਾਸੇ ਦੁਕਾਨਾਂ ਤੋਂ ਰੇਟ ਪਤਾ ਕਰਾਂਗੇ ਠੀਕ ਆ ਗਾਇਸ ਅਸੀਂ ਪਹੁੰਚ ਚੁੱਕੇ ਹਾਂ ਹਬੀਬੀ ਕਮ ਟੂ ਦੁਬਈ ਹਬੀਬੀ ਕਮ ਟੂ ਦਰੇਸੀ ਗਾਈਡ ਮਾਰ ਕੇ ਓਏ ਲਓ ਜੀ ਲਓ ਪਤੰਗਾਂ ਹੀ ਪਤੰਗਾਂ ਪਤੰਗਾਂ ਹੀ ਪਤੰਗਾਂ ਕਰ ਦੇਣੀਆਂ ਅਸੀਂ ਹੁਣ ਛੇਤੀ ਦੇਣੀ ਪਾਰਕਿੰਗ ਦੀ ਜਗ੍ਹਾ ਲੱਭੀਏ ਅਤੇ ਐਕਟਿਵਾ ਲਾਈਏ ਆਪਾਂ ਅੱਜ ਤੁਹਾਨੂੰ ਆਪਾਂ ਦੇਸੀ ਮੈਦਾਨੀ ਮਾਂਜੇ ਲੱਗਦੇ ਵੀ ਦਿਖਾਵਾਂਗੇ ਅਤੇ ਜੁੜੇ ਰਹੋ ਸਾਡੇ ਨਾਲ ਐਂਡ ਤੱਕ ਇਹਦਾ ਵਲੋਗ ਤਾਂ ਬਹੁਤ ਇੰਟਰਸਟਿੰਗ ਆ ਲੱਭ ਲਓ ਵੀ ਆਪਣੀ ਆਪਣੀ ਪਾਰਕਿੰਗ ਆ ਅਤੇ ਆਹ ਮੰਦਰ ਆ ਗਿਆ ਜੀ ਦਰੇਸੀ ਵਾਲਾ ਮੇਨ ਇੱਥੋਂ ਪਤੰਗਾਂ ਦੀ ਦੁਕਾਨਾਂ ਹੀ ਦੁਕਾਨਾਂ ਜਿੱਥੇ ਤੱਕ ਨਜ਼ਰ ਆ ਜਾਓ ਜੀ ਆ ਜਾਓ ਤੁਸੀਂ ਵੀ ਆ ਜਾਓ ਮਾਮਾ ਕੁੱਤਾ ਮਗਰ ਪਵਾ ਲੇਗਾ ਨਾਲ ਆਜੀ ਭੁੱਲ ਗਏ ਹੋ ਯਾਰ ਇੱਡੀ ਛੇਤੀ ਹਲੇ ਹੁਣੇ ਤਾਂ ਲੈ ਕੇ ਗਈ ਤੁਹਾਡੇ ਕੋਲ ਪਤੰਗਾਂ ਆ ਗਏ ਜੀ ਆ ਗਏ ਆਈ ਹੈ ਨਾ ਆਪਣੀ ਬਸ
ਜਿਹੜੀ ਵਾਲੀ ਚਲੋ ਤੁਸੀਂ ਜਾਣਾ ਹੀ ਆ ਆ ਕੇ ਬਸ ਮੁੰਡੇ ਦੀ ਵੇਟ ਕਰਦੇ ਆ ਅਸੀਂ ਚਲੋ ਬਾਹਰ ਕਹਿੰਦੇ ਚਲੋ ਬਾਹਰ ਪਿਆਰ ਨਾਲ ਇੱਜ਼ਤ ਨਾਲ ਆ ਜਾ ਕਰੋ ਇੱਥੇ ਚੰਗਾ ਫਾਈਨਲੀ ਅਸੀਂ ਆ ਗਏ ਦਰੇਸੀ ਪਹਿਲਾਂ ਆਪਾਂ ਚੱਲੇ ਆ ਜੀ ਦਰੇਸੀ ਗਰਾਊਂਡ ਮੇਨ ਤੁਹਾਨੂੰ ਦਿਖਾਵਾਂਗੇ ਉੱਥੇ ਜਾ ਕੇ ਵੀ ਡੋਰਾਂ ਕਿਹੜੀਆਂ ਲੱਗਦੀਆਂ ਚਾਈਨਾ ਡੋਰ ਨੂੰ ਕਰੋ ਜੀ ਬੋਇਕਾਟ ਰਾਜਵੀਰ ਪੇਟੀ ਵੈਸੇ ਤੁਸੀਂ ਚੱਕੀ ਆ ਪ੍ਰਮੋਟ ਤੁਸੀਂ ਕਰ ਰਿਹਾ ਪੇਟੀ 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 ਬਾਰੇ ਕੋਈ ਗੱਲ ਨਹੀਂ ਪੇਟੀ ਚੱਕੀ ਆ ਪਰ ਕਿਹੜੇ ਕੱਟੂਆਂ ਚੱਕੀ ਇਹ ਵੀ ਤੁਹਾਨੂੰ ਦਿਖਾਵਾਂਗੇ ਨਾਇਲੋਨ ਨਾਇਲੋਨ ਦੇ ਕੱਟੂਆਂ ਦੀ ਇਹ ਝੂਠ ਬਹੁਤ ਬੋਲਦੇ ਆ ਪਤਾ ਨੀ ਲੱਗਿਆ ਠੰਡ ਬਹੁਤ ਆ ਸੋਨਾ ਆਇਆ ਸਮਾਨ ਸਾਰਾ ਓਕੇ ਮੈਚ ਵੀ ਲੱਗਾ ਹੋਇਆ ਇੱਥੇ ਤੇ ਡੋਰ ਵੀ ਸੁੱਟਣੇ ਲੱਗੀ ਹੋਈ ਆ ਐਂਟਰੀ ਵੱਡੀ ਲੱਗੀ ਲੱਗਦਾ ਹੈ ਬੋਲੇ ਰਹਿਣ ਦੇ ਜੋ ਕੰਮ ਕਰ ਆਹੋ ਆ ਖੜ ਡੋਰ ਦੁਕਾਨ ਤੇ ਟੈਂਪੂ ਜਿਹੜਾ ਅੱਛਾ ਲਵਾਦ ਕਰਾਉਂਦੇ ਪੂਰੀ ਆ ਉੱਧਰ ਵੀ ਲੱਗੇ ਆ ਜੀ ਡੋਰ ਉੱਧਰ ਵੀ ਲੱਗੇ ਕਿੰਨੀ 5000 ਚਲੋ ਯਾਰ ਪਹਿਲਾਂ ਆਪਾਂ ਜੋ ਕੰਮ ਕਰਨਾ ਆ ਉਹ ਕਰੀਏ ਜਿਹਨੇ ਆਹੋ ਜਿਹਨੇ ਲੋਹੜੀ ਨਿਮਣਾ ਨੀ ਲੱਗਦਾ ਭੁੱਲ ਤੂੰ ਸੁੱਕ ਲੈਣ ਦੇ ਕੀ ਫਾਇਦਾ ਅੱਛਾ ਉਹ ਲਪੇਟ ਦੇ ਪਏ ਆ ਡੋਰ ਆਹੋ ਲਾ ਕੇ ਥੱਲੇ ਵੀ ਲਾ ਤੀ ਆ ਨਾਲ ਚੱਲੀਏ ਆਪਾਂ ਇਹ ਰੇਟ ਰੂਟ ਪੁੱਛੀਏ ਡੋਰਾਂ ਦਾ ਕੀ ਹਿਸਾਬ ਕਿਤਾਬ ਆਹੋ ਬਾਈ ਲੈਣੀ ਆ ਤੁਸੀਂ ਲੈਣੀ ਆ ਹਾਂਜੀ ਉਹ ਅੰਕਲ ਜੀ ਇਹਨਾਂ ਪੁੱਛ ਲਓ ਲੈਣੀ ਆ ਤਾਂ ਦੇਖੋ ਯਾਰ ਦੱਸ ਜੇ ਡੋਰ ਵਧੀਆ ਸੀ ਉਹ ਡੋਰ ਤਾਂ ਹੈ ਨਹੀਂ ਕੀ ਹੋਰ ਹਾਂ ਯਾਰ ਛੱਡ ਯਾਰ ਆ ਜਾਓ ਯਾਰ ਚੱਲੀਏ ਇੱਧਰ ਕੱਚ ਆਹੋ ਆ ਰਿਹਾ ਸਮਾਨ ਆਪਾਂ ਹੁਣ ਚੱਲੇ ਆ ਜੀ ਆਪਾਂ ਇਹ ਵਾਲੀ ਡੋਰ ਨੀ ਲੈਣੀ ਧਾਗੇ ਜੀ ਆਪਾਂ ਤੁਹਾਨੂੰ ਦਿਖਾਵਾਂਗੇ ਕੋਣਾ ਡੋਰ ਹੈਗੀ ਆ ਜੀ ਪਹਿਲਾਂ ਹੀ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਗੱਟੂਆਂ ਦੀ ਅਸੀਂ ਗੱਲ ਕਰ ਰਹੇ ਸੀ ਨਾਇਲੋਨ ਪਤੰਗ ਲੈ ਜਾਂਦੇ ਉੱਤੇ ਤੇ ਹੈ ਚੱਲ 100 ਦਾ ਦਿਹਾੜੀ ਵਾਦੀ ਆਹ ਉਧਰ ਵੇਖ ਲੈ ਭਰਾਵਾ ਥੋੜੇ ਬੋਦੇ ਹੋਰ ਪੈਸੇ ਇਕੱਠੇ ਦੇਣੇ ਨਹੀਂ ਨਹੀਂ ਮੈਨੂੰ ਨਹੀਂ ਚਾਹੀਦੇ ਭਰਾਵਾ ਪੈਸੇ ਇਹ ਆਪਾਂ ਹੁਣ ਚੱਲੇ ਉੱਥੇ ਪਤੰਗ ਪਤੰਗ ਦੇਖੀਏ ਫਿਰ ਉਸ ਤੋਂ ਬਾਅਦ ਤੁਹਾਨੂੰ ਗੱਟੂ ਵੀ ਦਿਖਾਵਾਂਗੇ ਆਪਾਂ ਇਸ ਕਿਹੜੇ ਵਰਤਨੇ ਪਤੰਗ ਲੱਗੇ ਨੇ ਆਪਾਂ ਲੈਣੇ ਲੈਣੇ ਆ ਜੋਰੇ ਦਾ ਇੱਕ ਫੇਵਰੇਟ ਕਾਈਟਾ ਬਣ ਗਿਆ ਸਟਾਰ ਕਾਈਟ ਉਹ ਲੈ ਕੇ ਜਾਣਾ ਆਪਾਂ ਮਿਲ ਲਿਆ ਤੁਹਾਨੂੰ ਤਾਂ ਨੀ ਵੱਡੀਆਂ ਥਾਵਾਂ ਤੇ ਲੈ ਕੇ ਜਾਈਦਾ ਜਵਾਕ ਚਲੋ ਜੀ ਆਪਾਂ ਆ ਗਏ ਆਪਣੇ ਆਹੀ ਕਿਹੜੀ ਦੁਕਾਨ ਸੀਗੀ ਕਿਹੜੀ ਓਏ ਆਹੀ ਦੁਕਾਨ ਸੀਗੀ ਨਾ ਹਾਂ ਆਹੀ 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 ਉਹੀ ਆ ਉਹੀ ਚਲੋ 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 ਆਪਣੇ ਦੁਕਾਨ ਇੱਥੇ ਲੈ ਕੇ ਗਏ ਆਹ ਹੋਰ ਨਾ ਆਹ ਕੱਟੂਆਂ ਦੀ ਗੱਲ ਕਰਦੇ ਹਾਂ ਜੀ ਅਸੀਂ ਆਹ ਕੱਟੂਆਂ ਗੋ ਇੰਡੀਆ ਦੀ ਕਾਟਨ ਸੈਟ ਗੋ ਇੰਡੀਆ ਆ ਰਹੀ ਨਿਊ ਇੰਡੀਆ ਜਿਹੜੀ ਲੈ ਕੇ ਗਿਆ ਨਿਊ ਇੰਡੀਆ ਆ ਰਹੀ ਹੋਲੋ ਚੱਲ ਬਹੁ ਚੱਲ ਉਹ ਦਿਖਾ ਦੇ ਚਲੋ ਜੀ ਕੀ ਹਾਲ ਆ ਜੀ ਵਧੀਆ ਭਾਜੀ ਤੁਸੀਂ ਸੁਣਾਓ ਲਿਆਓ ਹੈਗੇ ਹੋਰ ਪਤੰਗ ਨਵੇਂ ਆਏ ਮੈਂ ਕਿਹਾ ਸਾਰੇ ਨਵੇਂ ਹੀ ਆ ਚਲੋ ਆ ਜਾਓ ਫਿਰ ਦੇਖੀਏ ਆ ਜਾਓ ਮਿੱਤਰੋ ਅੰਦਰ ਆ ਜਾਓ ਆ ਚੀਜ਼ ਦੇਖੋ ਹਲੇ ਅੱਗੇ ਇਹ ਡੋਰਾਂ ਦੇਖ ਰਹੇ ਮੁੰਡੇ ਬਾਬਾ ਡੋਰ ਦੇਖ ਇੱਡੀ ਘੈਂਟ ਆ ਕਿਹੜੀ ਆ ਨਿਊ ਇੰਡੀਆ ਵਾਲੀ ਨਿਊ ਇੰਡੀਆ ਚ ਨਿਊ ਧਾਗਾ ਆ ਮੈਨੂੰ ਇੱਕ ਗੱਲ ਦੱਸੀ ਆ ਇੱਕ ਨਿਊ ਇੰਡੀਆ ਵਧੀਆ ਕਿ ਜ਼ਿਆਦਾ ਆ ਵਧੀਆ ਇਹ ਦੱਸੀ ਇਹ ਨਿਊ ਇੰਡੀਆ ਸਭ ਤੋਂ ਟੌਪ ਤੇ ਜਾਂਦੀ ਹੈ ਆਹ ਹਾਂਜੀ ਇਹਦਾ ਕੀ ਬੰਦਾ ਇਹ ਤਾਂ ਥੱਲੇ ਹੀ ਹੈ ਥੱਲੇ ਆ ਮੈਂ ਲੈ ਕੇ ਗਿਆ ਵਾਲੀ ਦਿਖਾ ਦੀਏ ਸਾਢੇ 500 ਵਾਲਾ ਸਹੀ ਰਹਿਣਾ ਉਹਦੇ ਲਈ ਹਾਂ ਉਹ ਜ਼ਿਆਦਾ ਛੋਟਾ ਹੋ ਜਾਣਾ ਆ ਸਹੀ ਆ ਇੰਨਾ ਤਾਂ ਹਰ ਕੋਈ ਜੈਨੂਇਨ ਜਿਹਾ ਡਾਲੂਗਾ ਓਏ ਜਪਨੂਰ ਨੇ ਜਾਣਾ ਜਿਹੜਾ ਇਹ ਕਰਦੇ ਕੋਲ ਨਹੀਂ ਰਹਿੰਦਾ ਉਹ ਤਾਂ ਲੈ ਲੈ ਮੈਂ ਹਲੇ
चाबी दो आप पतंग लैन आए वधिया इत्थे देखण अपने कटा लांगे ओके रिपोर्टां वीरे ओके रिपोर्टां जोरा कहिंदा चल मेरे नाल गेड़ी ते लोका मरे ते मैं नहीं जाणा तेरे फुद्दू जाणा वाटरप्रूफ चक्का गे जपनूर नवे नवे भाजी सारे अड अड डिजाइन पावे एक करो पंजा डिजाइनर पा दो पंजा कोई प्लेन सिंगल रंग पा दो पिंक ना पायो यार पिंक चंगा लाता होर गुड़ा रंग पा दो होर भी आनगे मित्र साडे चाइना डोरा करो बंद देखो जी न्यू इंडिया की डोरा आई इन वधिया जिनी मर्जी चको कोई चक्कर ही नहीं गा एदा तां उड़ाओ वड्डो पतंग असी लैके गए चाइना नूं भी वधिया वड्ड लैंदी है इह भाजी होर पतंग उड़ाओ कि बस हो गई इन्ने वड्डे लैने आ वीरे वड्डे भी लैने वड्डे दे डिजाइन ते हुण आपां चलीए दूजी दुकान ते कोई वड्डे पतंगां दा रेट पुछिए ओए ओ कोने भी नहीं उधर आओ देख दो भरा ने कहंदे उधर शिवम मेरा फोन गुम जाणा ही वीरे हुणे एही दुकान ते घुमणा सी एही वाली हां भरावा फोन छड्ड के भज गई चलो भाई पर बंदे वधिया इधर देता बाकी हम देखिए आप भी किधरों सही रेट मिलता वड्डे पतंगा का फिर उधर चलेंगे हां देख वड्डे पतंग मैं कहना सोने सोने आया वड्डे पतंग मेरे रेट भी ओना ही सोना सोना आया होया हां व्लॉगिंग हो रही भरा चलिए चलिए अगे देख केड़ी दुकान थी यार ओ भाई दी है ना हाय रे चल कटा लो फिर आ पसंद आए फिलहाल आ पिछले साल अंकल दी दुकान ते हेलो दर्जन डिजाइन कड्डे जी दर्जन कटा लिए दर्जन सारे दे दो दो कटा लगे ना एक एक डिजाइन दर्जन कट सारे दे दो दो कट दियो डिजाइन आपा थोन दस दे जेडे जेडे मतलब पता क्या लगा 12 बल्कि कटो कट 4 भी तो पैक आता है पैकेट 4 भी तो चार चार ते कोई नहीं चार चार आ देख आओ इधर आओ आ जाओ इधर आओ आ देखो का कड्डो ब्लैक आ देख बोले एदे नाल दे ना रेड निकला ब्लैक चेक करो साफ जा पीस कटती मैं डिजाइन ही
ਆ ਤਿੰਨ ਤਾਂ ਵਾ ਕਿੰਨੇ ਰੁਪਏ ਪੀਸ ਪਊਗਾ ਇਹ ਪੁੱਛੋ ਕਿੰਨਾ ਤਿੰਨ ਤਿੰਨ ਤਾਂ ਵਾ ਓਏ ਬਈ ਲੈ ਕੇ ਕਿਵੇਂ ਜਾਣੇ ਆ ਇਹਦੇ ਲੈ ਜਾਾਂਗੇ ਆ ਕਿੰਨੇ ਤਾਂ ਵਾ ਇਹ ਤਿੰਨ ਤਾਂ ਵਾ ਤੇ ਆ ਕਿੰਨੇ ਆ ਇਹ ਵੱਡੇ ਆ ਉਤੋਂ ਆਪੋ ਚਲੋ ਯਾਰ ਅੰਦਰ ਮੈਨੂੰ ਨਹੀਂ ਪਤਾ ਗਾਦਾ ਦਾ ਮੈਂ ਹੋਈ ਗਾ ਭਾਜੀ ਆ ਕੀ ਰੇਟ ਆ ਬਹੁਤ ਮਹਿੰਗਾ ਆ ਕਿੰਨੇ ਦਾ ਵਾ ਇਹ ਬਹੁਤ ਮਹਿੰਗਾ ਇਹ 150 ਤਾਂ ਨਹੀਂ ਲੋੜੀ ਤਾਂ ਪਹਿਲੇ ਲੈ ਕੇ ਗਈ ਉਹ ਤਾਂ ਕਨੈਕਸ਼ਨ ਨਾਲ ਆ ਤਿੰਨ ਦਾ ਵਾ ਦਿਖਾ ਦੇ ਪਿਛਲੇ ਜਿਹੜੇ ਨਵੇਂ ਆ ਤੈਨੂੰ ਕਿਆ ਪਤਾ ਜਦੋਂ ਅੱਗੋ ਦੇ ਆ ਦੇਖ ਲੋ ਇਧਰੋਂ ਹੁਣ ਇਧਰੋਂ ਆ ਲਿੱਤੇ ਆ ਦਰਜਨ ਆ ਲਿੱਤੇ ਆ ਇਹ ਦੇਖੀਏ ਹੁਣ ਕਿਧਰੋਂ ਪਸੰਦ ਆਉਂਦੇ ਆ ਕੁਛ ਹਿਸਾਬ ਕਿਤਾਬ ਆਉਂਦਾ ਕਿ ਨਹੀਂ ਤਾਂ ਫਿਰ ਹੈਗੇ ਹੀ ਆ ਹੁਣ ਲਿੱਤੇ ਤਾਂ ਲੈਣੇ ਤਾਂ ਪੈਣੇ ਹੀ ਆ ਪਤੰਗ ਭਾਵੇਂ ਮਹਿੰਗੇ ਆ ਲੈਣਾ ਹੈ ਇੱਕ ਆ ਫੜੀ ਦੇਖਾਂ ਮੈਂ ਡਿਜ਼ਾਈਨ ਜੇ ਪਸੰਦ ਆਉਂਦਾ 60 ਰੁਪਏ ਨੂੰ ਪੀਸ ਮਿਲ ਰਿਹਾ ਹੁਣ ਕਿੰਨੇ ਦਾ 60 ਬਾਈ ਨੇ ਸਹੀ ਆ ਰੇਟ ਫਿਰ ਚੱਕਣੇ ਆਪਾਂ ਵੱਡੇ ਕੀ ਕਰਾਂਗੇ ਯਾਰ ਇਹਨੇ ਦੇਖ ਲਓ ਬਾਕੀ ਮਰਜ਼ੀ ਆ ਦੋ ਤਿੰਨ ਪੀਸ ਆ ਰਿਹਾ ਅੱਗੇ ਵੱਧ ਰਿਹਾ ਹਾਂ ਹਾਂ ਇਹ ਰਾਹ ਦੇਖ ਹੈਲੋ ਪ੍ਰੇਮ ਫੜੀ ਯਾਰ ਇਹਨੂੰ ਨਿਓਨ ਕਲਰ ਪਾਲਦਾ ਪਿਆ ਪਤੰਗ ਆ ਦੇਖੋ ਬਥੇਰੇ ਪਤੰਗ ਆ ਕਰੋੜ ਰੁਪਏ ਦਾ ਪਤੰਗ ਤਾਂ ਪੱਕਾ ਹੋਣਾ ਹੈ ਭੋਲੇ ਕਰੋੜ ਰੁਪਏ ਦਾ ਪਤੰਗ ਹੋਣਾ ਆ ਜਸ਼ਨ ਬਾਈ ਨੇ ਆ ਡੋਰ ਲਿਆਂਦੀ ਜੀ ਆ ਤਿੰਨ ਨਾੜੇ ਕਿੰਨੇ ਦੀ ਠੀਕ ਲੱਗੀ ਡੋਰ ਵਧੀਆ ਲੱਗੀ ਡੋਰ ਤਾਂ ਵਧੀਆ ਹੈਗੀ ਉਹ ਦੇਖ ਲੈ ਕਿੰਨੇ ਕਿੰਨੇ ਦੀ ਬਸ ਆਈ ਲੈ ਰੇ ਹੋਰ ਨਹੀਂ ਪਤੰਗ ਲਿੱਤੇ ਕੋਈ ਉਹਦਾ ਵੱਡੇ ਤਿੰਨ ਤਵਾ ਦੇਖ ਲਾ ਤਿੰਨ ਤਵਾ ਦੇਖ ਲਾ ਤੂੰ ਹੈ ਲਓ ਜੀ ਤਿੰਨ ਤਵੇ ਵਾਲੇ ਦੋ ਪਤੰਗ ਤਾਂ ਰਾਜਵੀਰ ਨੇ ਹਾਂਜੀ ਨਹੀਂ ਤਾਰ ਨਹੀਂ ਕੀ ਖੋਲੋ ਤਾਰ ਸ਼ੇਰੇ ਬਚਾਓ ਚਲ ਖੋਲ ਕੇ ਚੈੱਕ ਕਰ ਲੈਣਾ ਦੇਖ ਲਈ ਸਹੀ ਰਾਪਤਾ ਕਿੰਨੇ ਦਾ ਉਹ ਦੇਖ ਲਾ ਆ ਲੈ ਲਿਆ ਬਾਅਦ ਚ ਦੱਸ ਦਾਂਗੇ ਰੇਟ ਹਾੜੀ ਪੱਕਾ ਵੇਂ ਜਦੋਂ ਵੱਡੇ ਪਤੰਗ ਦੱਸਦੇ ਵੱਡੇ ਪਤੰਗਾਂ ਵਾਸਤੇ ਕਿੰਨੇ ਦਾ ਲੱਤਾ ਲੈ ਲਿਆ ਵਧੀਆ ਕੋਈ ਆਹੀ ਡੋਰ ਆ ਬੰਦ ਕਰ ਦੱਸ ਦੇ ਆਹੀ ਆ ਬੰਦ ਕਰ ਦੇ ਦੱਸ ਦੇਣਾ ਹੁਣ ਆਪਾਂ ਲੈਂਦੇ ਆ ਛਾ ਲੈ ਲਿਆ ਹਾਂ ਮੈਂ ਕਿਹਾ ਫਿਰ ਸੇਮ ਸੇਮ ਬਲੂ ਬਲੂ ਆ ਠੀਕ ਆ ਠੀਕ ਆ ਰੇ ਸਾਡੇ ਫਰਕ ਮੈਂ ਨਾ ਬਜਟ ਇੱਕ ਆ ਲਿੱਤਾ ਜੀ ਠੀਕ ਆ ਇੱਕ ਆ ਟੁੱਕਲ ਵਾਲਾ ਇੱਕ ਆ ਬਟਰ ਪੇਪਰ ਇੱਕ ਆ ਨਿਓਨ ਵਾਲਾ ਆ ਇਹ ਜੀ ਹਾਂ ਇਹ ਜੀ ਪਰ ਉਹ ਕਾਗਜ਼ ਪੇਪਰ ਵਾਲੇ ਉਹ ਨਹੀਂ ਲੈਣਾ ਐਡਾ ਪੂਛ ਲਾ ਹਾਂ ਇਹ ਜੇ ਕਿੰਨੇ ਦਾ 90 ਰੁਪਏ 90 ਰੁਪਏ ਮਹਿੰਗਾ ਯਾਰ ਭਾਜੀ ਪੂਛ ਦਾ ਦੇਖੋ ਗੋਲਡਨ ਵਰਗ ਦਿਆ ਸਿੰਪਲ ਦੇ ਲੈਣ ਓਏ ਛੱਜ ਲੈ ਕੇ ਇਹ ਛੱਜ ਪਏ ਇਹਦੇ ਪਾਕਿਸਤਾਨੀ ਚ ਪਾਕਿਸਤਾਨੀ ਕਿੰਨੇ ਕੇ ਆ ਕਿੰਨੇ ਵਾਲਾ ਪੀਸ ਆ ਦੇਖ ਲਓ ਇੱਕ ਵਾਰੀ ਜਿਹੜੇ ਲੰਮੇ ਪਏ ਹੋਏ ਉਹ ਪੀਸ ਦੱਸੋ ਕਿੰਨੇ ਦੇ ਸਾਰੇ ਹੁਣ ਆਪਾਂ ਅੱਗੇ ਦੇਖ ਆਈਏ ਥੋੜਾ ਜਿਹਾ ਕੀ ਬਣਦਾ ਹਿਸਾਬ ਕਿਤਾਬ ਦਾ ਲੈ ਲਈ ਸਾਨੂੰ ਡੋਰ ਇਸੇ ਰੇਟ ਤੇ ਮਿਲੀ ਨਾ 16 ਤਾਂ ਤੁਸੀਂ ਸੋਚ ਨਹੀਂ ਸਕਦੇ ਭਾਜੀ ਹਾਂਜੀ ਆ ਭਾਜੀ ਦਿਲ ਕੁਝ ਕੀਤਾ ਜੇ ਉਹ ਪਤੰਗ ਲੁੱਟ ਲਿਆ ਫੋਕਸ ਕਰਿਆ ਕਰ ਬਸ ਹਾਂ ਚਿੱਟੇ ਨਹੀਂ ਪਏ ਕਾਂ ਇਹ ਫੋਨ ਕਰ ਆਪਾਂ ਯਾਰ ਤੁਸੀਂ ਪਹਿਲਾਂ ਆ ਜਾਓ ਵਲੌਗ ਤਾਂ ਬਣਾ ਲੈਣ ਦੋ ਦਿਖਾ ਕੇ ਲਿਆਉਂਦੇ ਆ ਬਹੁਤ ਸੈੱਟ ਆ ਇਹ ਕੀ ਲੱਭਣ ਲੱਗ ਓਏ ਸਾਹਿਲ ਵੀਰ ਵੀ ਇੱਥੋਂ ਲੈ ਕੇ ਗਏ ਸੀਗੇ ਉਹ ਕਿਉਂ ਘੁਮਾ ਘੁਮੂ ਕੇ ਫੇਰ ਕਹਿੰਦੇ ਇੰਨਾ ਕੁੱਲ ਸੀ ਅੱਛਾ ਵੱਡੇ ਪਤੰਗਾਂ ਨੂੰ ਸਾਰੇ ਪੈਂਦੇ ਸੀ
ਕਿੱਧਰ ਚੱਲੇ ਹੋ ਤੁਹਾਡੇ ਨਾਲ ਮੋਟਰਸਾਈਕਲ ਤੇ ਤੇ ਹੋਰ ਕਿਤੇ ਪੈਦਲ ਜਾਣਾ ਪੈਦਲ ਚੱਲ ਪੋ ਆ ਤਾਂ ਰਿਹਾ ਮੋਟਰ ਤੇ ਫਿਰ ਚਲੋ ਇੱਕ ਵੱਡਾ ਮੋਟਰ ਬਣਾ ਲਾ ਉਹ ਬਾਈ ਕਹਿੰਦੇ ਸੀ ਵੀ ਨਾਲ ਬਹਿ ਜਾ ਮੋਟਰਸਾਈਕਲ ਤੇ ਆ ਚੋ ਅੰਕਲ ਜੀ ਇਹਦਾ ਵਿਆਹ ਅੱਛਾ ਵਿਆਹ ਨਹੀਂ ਹਲੇ ਹੋ ਗਿਆ ਚਲੋ ਫਿਰ ਵਿਦਾ ਕਹਿ ਦਿੰਦੇ ਆ ਬਾਈ ਧਿਆਨ ਨਾਲ ਉੱਚ ਨਹੀਂ ਮਾਰਨੀ ਆਏ ਓਏ ਇਹਦਾ ਸਾਰਾ ਕੰਮ ਹੀ ਖਰਾਬ ਰਹਿੰਦਾ ਹੁਣ ਚੱਲੇ ਆ ਜੀ ਗੋਦਾਮ ਦੇਖਣ ਪਤੰਗ ਫੈਂਸੀ ਥੋੜੇ ਜੇ ਬੜੇ ਪਤੰਗ ਲੈਣੇ ਚਾਹੀਏ ਬੜੇ ਹੌਲੀ 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 मर्जी भी सिला छे का वे दुकान लानी दो तीन लाने दसो प्लेन करो अपने ए दस हूं के चकी गैरी नू तो आ पसंद आया टुकल आला दो छोटे हाथी वेचते अंबर थोड़ी लिया सारा माल ताई इधर चैपलेट रखे भाजी जो आंदा कट दे पता लै लेना बंदे कड़ी चल करो अगे हो देखो लैने मोटे आले पाकिस्तान तू फिर एक ओही कट दो लाल आले ना भरा हले मेरे मैं छे फुट आला नहीं लैना नहीं साहिल वीरे नहीं लैके आया रहमान साहब वधिया होर कट दो एक कोई होर घेंट जा भाई एक ओ कोई वेना लो भाजी आलो ताही पा लो माया डा छी सारी ओरी टेंशन ही है हले करन लई भी लैने पतंग रोका भाजी लो भाजी दे दो तुकला दो कनेडे वाली तुकला लैनी ਵਲੌਗ ਵੀਰੇ ਵਲੌਗ ਤੋਂ ਪੈਸੇ ਆਉਣੇ ਸ਼ੁਰੂ ਹੋ ਜਾਂਦੇ ਨਾ ਇੱਕ ਵਾਰੀ ਫਿਰ ਗੱਲਬਾਤ ਹੋ ਜਾਂਦੀ ਹੈ ਪੈਸੇ ਲਾਏ ਨਹੀਂ ਪੈਸੇ ਸਹੀ ਗੱਲ ਆ ਪੈਸੇ ਲਾਉਣ ਤੇ ਹੀ ਪੈਸੇ ਆਉਂਦੇ ਉਹ ਪਾਸੇ ਓ ਜਸ਼ਨ ਓ ਜਸ਼ਨ ਸਾਲੇ ਨਾ ਕਾਲਜ ਦੇ ਵਲੌਗ ਬੰਦ ਰਹੇ ਅਗਰ ਅੱਜ ਮੇਰੇ ਕੋਲੇ ਦਿਨ ਮਾ ਦਿਨ ਇੰਨੇ ਦਿਨ ਹੋ ਗਏ ਬੇ ਕੰਡਾ ਕਰ ਕੰਡਾ ਕਰ ਕੰਡਾ ਕਰ ਕੰਡਾ ਕਰ ਜੇ ਨਾ ਚੱਲਦਾ ਜੇ ਵਲੌਗ ਜੇ ਵਲੌਗ ਜੇ ਵਲੌਗ ਜੇ ਵਲੌਗ ਜੇ ਵਲੌਗ ਲਓ ਜੀ ਹੁਣ ਆਪਣੀ ਵਾਰੀ ਆ ਗਈ ਹੈ ਪਤੰਗ ਇਕੱਠੇ ਕਰਨ ਦੀ ਆਪਾਂ ਦੁਬਾਰਾ ਭਾਈ ਦੀ ਦੁਕਾਨ ਤੇ ਆ ਗਏ ਆ ਹੈਲੋ ਹਾਂ ਮਾ ਖਾ ਛੱਡਿਆ ਨੇ ਓਏ ਮੈਂ ਟਾਈਮ ਰਾਜਵੀਰ ਭਾਈ ਖੁਸ਼ ਹੋ ਪਤੰਗ ਲੈ ਕੇ ਜੀ ਬਹੁਤ ਬਹੁਤ ਖੁਸ਼ ਆ ਥੋੜਾ ਜਿਹਾ ਗਮ ਆ ਪੈਸੇ ਜ਼ਿਆਦਾ ਲੱਗ ਗਏ ਪੈਸੇ ਜ਼ਿਆਦਾ ਲੱਗ ਗਏ ਆ ਹਾਂਜੀ ਬੋਲੋ ਭਾਈ ਕਿੰਨਾ ਕੰਟਰੀਬਿਊਸ਼ਨ ਕੀਤਾ ਜੀ ਤੁਸੀਂ ਪਤੰਗਾਂ 'ਚ 3600 ਰੁਪਿਆ ਇਕੱਲੇ ਨੇ ਭਾਈ ਨੇ ਪਾਇਆ ਇਹ ਜਿਗਰਾ ਕਹਿੰਦੇ ਆ ਪਤੰਗ ਬਸ ਇਹਨਾਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਆ ਪਤੰਗਾਂ ਦਾ ਲੋਹੜੀ ਇੰਨੇ ਭਾਰੀ ਭਾਰੀ ਵਰਡ ਨੇ ਨਾ ਲੈਣਾ 200 ਦਾ ਉਧਰੋਂ ਮਿਲ ਗਿਆ ਜੀ ਭਾਜੀ ਇਹ ਗੱਲ ਕੀਤੀ ਸਹੀ ਭਾਜੀ ਨੇ ਆ ਕੀਤੀ ਨਾ ਸਹੀ ਗੱਲ ਕੀਤੀ ਆ ਵੀਰੇ ਆ ਦੇਖੋ ਆ ਚੱਕਣੀ ਤਾਂ ਨਹੀਂ ਹੋਗੀ ਆ ਚੱਕੋ ਭਰਾਵਾ ਆਪਣੇ ਆ ਇਹ ਆ ਵੀ ਆਪਣੇ ਹੀ ਆ ਚੱਲੋ ਚੱਕੋ ਹਾਂ ਹਾਂ ਆਪਣੇ ਹੀ ਸਾਰੇ ਆਪਣੇ ਭੈਣ ਨਹੀਂ ਨਹੀਂ ਹਲਕੀ ਲੈਣੀ ਹੈ उत्साह ਹੁਣ ਸਭ ਤੋਂ ਔਖਾ ਟਾਸਕ ਆ ਇਹ ਪਤੰਗ ਮੋਟਰਸਾਈਕਲਾਂ ਦੇ ਘਰੇ ਕਿਵੇਂ ਲੈ ਕੇ ਜਾਣੇ ਤੈਨੂੰ ਚੱਕੀ ਐਕਟਿਵਾ ਤੇ ਲੋਡ ਕਰੀਏ ਆਪਣਾ ਸਮਾਨ ਪਤੰਗ ਬਹੁਤ ਜ਼ਿਆਦਾ ਹੀ ਹੋ ਗਿਆ ਇਸ ਵਾਰੀ ਦੇਖੋ ਕੀ ਬਣਦਾ ਹੁਣ
ਹੁਣ ਬਾਈ ਪਤੰਗ ਇੰਨਾ ਜ਼ਿਆਦਾ ਕਰ ਲਿਆ ਇਕੱਠਾ, ਇੰਨਾ ਜ਼ਿਆਦਾ ਕਹਿੰਦੇ ਪੈਸਾ ਇੰਨਾ ਇਕੱਠਾ, ਪੈਸਾ ਵੀ ਚੱਲ ਉਹ ਕੋਈ ਚੱਕਰ ਨਹੀਂ, ਹੁਣ ਲੈ ਕੇ ਜਾਣ ਦੀ ਦਿੱਕਤ ਆਉਂਦੀ ਪਈ ਆ। ਹੁਣ ਬਾ ਪਤੰਗ ਚੱਕਣੇ ਆ, ਰਿਕਸ਼ਾ ਕਰ ਰਹੇ ਆ, ਇਲੈਕਟ੍ਰਿਕ ਰਿਕਸ਼ਾ ਕਰਾਂਗੇ, ਕੀ ਲਾਭ ਆਉਂਦਾ ਦੇਖੋ। ਬਾਕੀ ਮੇਰੇ ਵੀਰੋ ਕੱਟੋ ਕੱਟਣੀ ਦਾ ਜਦੋ ਮਰਜੀ ਆਓ ਇੱਥੇ, ਜਿੰਨੇ ਮਰਜੀ ਸਟਾਕ ਚੱਕੋ। ਅੰਮ੍ਰਿਤਸਰੀ ਫੈਂਸੀ ਚੈੱਕ ਕਰੋ, ਆ ਦੇਖੋ ਆ ਕੋਨੇ ਵਾਲੀ ਦੁਕਾਨ ਜਮਾ ਓਪੋਜਿਟ। ਲਓ ਜੀ ਪਤੰਗ ਲੈ ਕੇ ਚੱਲੇ ਆ ਆਟੋ ਚ, ਦੇਖ ਕੇ ਰੁਕ ਜਾ ਭਰਾਵਾ। ਲਓ ਜੀ ਆ ਆਉਂਦੇ ਪਤੰਗ, ਉਹ ਆਉਂਦੇ ਲੈ ਵੀ ਇੱਕ ਜਣਾ ਬਹਿ ਵੀ ਜਾਓ ਯਾਰ ਨਾ ਆ ਕੇ ਜੀ। ਭੋਲਾ ਪਤੰਗ ਵਾਲਾ, ਭੋਲਾ ਪਤੰਗ ਵਾਲਾ ਆ, ਇਹਨਾਂ ਨੂੰ ਤੁਕਣਾ ਵਾਲੇ ਸਰਦਾਰ ਕਿਹਾ ਜਾਂਦਾ। ਸਾਰਾ ਆਟੋ ਭਰਤਾ ਉਹ ਭਾਜੀ ਨੇ, ਪਹਿਲਾਂ ਵੱਡੇ ਰੱਖ ਲੋ, ਮੰਨ ਲੋ ਗੱਲ, ਪਹਿਲਾਂ ਵੱਡੇ ਰੱਖ ਲੋ, ਪਹਿਲਾਂ ਵੱਡੇ ਰੱਖ ਲੋ, ਖੜ ਜਾ ਖੜ ਜਾ। ਜੇ ਵਲੌਗ ਜਾਣ ਤੱਕ ਸਾਰੇ ਮਹਿੰਗਾ ਮੰਗ ਰਹੇ, ਆਹੀ ਇੱਕ ਭਾਜੀ ਆ ਜਿਹੜੇ 160 ਚ ਮੰਨੇ ਆ। ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਜੀ। ਉੱਤੇ ਕਿੱਥੇ ਰੱਖੀ ਆ ਨਾ, ਇਹ ਦੇਖੋ, ਇਹ ਅਸੀਂ ਏਕਜੋਤ ਨੂੰ ਪ੍ਰਮੋਟ ਕੀਤਾ ਤੁਕਣਾ ਲਿਆ ਕੇ। ਏਕਜੋਤ ਵੱਡੇ ਪਤੰਗ ਦੇ ਉੱਤੇ ਰੱਖੇ ਹੋਏ ਆ, ਕਿਸੇ ਚੀਜ਼ ਦੀ ਘਾਟ ਨਹੀਂ ਆਉਣੀ ਚਾਹੀਦੀ। ਆਟੋ ਪੂਰਾ ਫੁੱਲ ਔਨ ਲੋਡ ਆ। ਉਹ ਚਰਖੜੀਆਂ ਦੇ ਉਹ ਚੱਕ ਲੈ ਜੋ ਮੇਨ ਕੰਮ। ਹਾਣੀ ਕੋ ਬਥੇਰਾ ਪੈਸਾ ਆਇਆ, ਕੋਈ ਚੱਕਰ ਹੀ ਨਹੀਂ। ਯੋਧੋ ਲੱਗਾ ਨਿਊਟਰੀ ਪਿੱਛੇ, ਨਿਊਟਰੀ ਕੁਲ ਪਿੱਛੇ ਬੰਦੇ ਵਿਛੜ ਰਹੇ ਆ ਜੀ। ਜਿਵੇਂ ਸਾਡੇ ਪਿਓ ਦਾ ਹੁੰਦਾ ਹੈ,